ਉਸ ਟਾਈਮ ਵੀ ਉਹਨਾਂ ਨੂੰ ਇਹ ਕਿਹਾ ਕਿ ਯਾਰ ਮੈਨੂੰ ਮਿਲਾ ਲਿਆ ਕਿ ਮੇਰੇ ਹੱਥ ਤੋਂ ਮੈਡਲ ਰਹਿ ਗਿਆ, ਤਾਂ ਮੈਂ ਚਾਹੁੰਦਾ ਕਿ ਬਈ ਹੁਣ ਮੇਰੀ ਜਿਹੜੀ ਏਜ ਹੈ ਬਈ ਕੋਈ ਬਹੁਤ ਜ਼ਿਆਦਾ ਸਾਲ ਤਾਂ ਮੈਂ ਜੀਣਾ ਨਹੀਂ ਹੈ, ਤਾਂ ਮੇਰੇ ਮਰਨ ਤੋਂ ਪਹਿਲੇ ਇੰਡੀਆ ਐਥਲੈਟਿਕਸ ਮੈਡਲ ਲੈ ਕੇ ਆਏ ਕਿ ਜਿਹੜੀ ਚੀਜ਼ ਮੇਰੇ ਤੋਂ ਮਿਸ ਹੋ ਗਈ ਸੀ ਉਹ ਵਾਪਿਸ ਇੰਡੀਆ 'ਚ ਆਏ। ਜਿੱਥੇ ਮਿਲਖਾ ਸਿੰਘ ਚੱਲਦਾ ਸੀ ਨਾ, ਉਹ ਜਿੱਦਾਂ ਹੁੰਦਾ ਨਾ ਲੋਕ ਯਾਰ ਚਲੋ ਦੋ ਮਿੰਟ ਇਸ ਆਦਮੀ ਨੂੰ ਵੇਖੋ ਰਨਿੰਗ ਕਰਦਿਆਂ, ਇਹਨੂੰ ਆਦਮੀ ਨੂੰ ਵੇਖੋ, ਉਹ ਚੀਜ਼ ਹੁੰਦੀ ਕਿ ਦੁਨੀਆਂ ਰੁਕਦੀ ਸੀ ਇਹਦੇ ਨਾਲ ਨਾ ਜਦੋਂ ਵੇਖਦੀ ਸੀ ਦੁਨੀਆਂ। ਉਹਦੇ ਬਾਅਦ ਮਿਲਖਾ ਸਿੰਘ ਦੇ ਬਾਅਦ ਇਹੋ ਜਿਹਾ ਕੋਈ ਅੱਜ ਤੱਕ ਨਹੀਂ ਅਥਲੀਟ ਪੈਦਾ ਹੋਇਆ ਜਿਹੜਾ ਇਹ 400 ਮੀਟਰ 200 ਮੀਟਰ ਦੇ ਵਿੱਚ ਜਿਹਨੇ ਕੋਈ ਇਹੋ ਜਿਹਾ ਦਿਲ ਪੈਦਾ ਕੀਤਾ ਹੋਵੇ। ਲਿਮਿਟਿਡ ਇੱਕ ਪਰਸਨੈਲਿਟੀਜ਼ ਹੈ, ਤੁਸੀਂ ਗਿਣ ਸਕਦੇ ਹੋ ਜਿਨ੍ਹਾਂ ਨੂੰ 4-5 ਜਨਰੇਸ਼ਨਸ ਜਾਣਦੀ ਹੈ, ਤਾਂ ਉਹਦੇ 'ਚ ਇੱਕ ਮਿਲਖਾ ਸਿੰਘ ਜੀ ਹੈਗੇ ਆ। ਕਿਉਂਕਿ ਅਗਰ ਅੱਜ ਕਿਸੇ ਅਸੀਂ 80-90 ਸਾਲ ਦੇ ਬਜ਼ੁਰਗ ਨਾਲ ਗੱਲ ਕਰੀਏ ਉਹ ਵੀ ਮਿਲਖਾ ਸਿੰਘ ਜੀ ਨੂੰ ਜਾਣਦਾ, 50-60 ਸਾਲ ਵਾਲੇ ਬੰਦੇ ਨਾਲ ਕਰੀਏ ਉਹ ਵੀ ਜਾਣਦਾ, 30-35-40 ਵਾਲੇ ਨੂੰ ਵੀ ਜਾਣਦੇ, ਔਰ ਜਿਹੜੇ 4-5 ਸਾਲ ਦੇ ਬੱਚੇ ਉਹ ਵੀ ਜਾਣਦੇ ਆ। ਤਾਂ ਉਹਦੇ 'ਚ ਜਿਹੜਾ ਉਹਨਾਂ ਦਾ 1958 ਦਾ ਗੋਲਡ ਮੈਡਲ ਆਇਆ ਔਰ ਕਾਮਨਵੈਲਥ 'ਚ, ਔਰ 1960 ਰੋਮ ਓਲੰਪਿਕਸ ਜਿਹੜਾ ਬਹੁਤ ਹੀ ਇੱਕ 100th ਆਫ ਅ ਸੈਕਿੰਡ ਤੋਂ ਜਿਹੜਾ ਮੈਡਲ ਉਹਨਾਂ ਤੋਂ ਮਿਸ ਹੋਇਆ, ਤਾਂ ਉਹ ਉਸ ਸਮੇਂ ਹੋਇਆ ਜਦੋਂ ਇੰਡੀਆ ਇੱਕ ਪਾਵਰ ਹਾਊਸ ਨਹੀਂ ਸੀਗਾ ਐਥਲੈਟਿਕਸ 'ਚ, ਤਾਂ ਉਸ ਸਮੇਂ ਇੱਕ ਲਿਮਿਟਿਡ ਫੈਸਿਲਿਟੀ ਨਾਲ, ਕਿਉਂਕਿ ਇਹਨਾਂ ਨੂੰ ਕੋਈ ਬਹੁਤ ਸਾਇੰਟੀਫਿਕ ਟ੍ਰੇਨਿੰਗ ਨਹੀਂ ਸੀਗੀ, ਖੁਦ ਹੀ ਆਪਣੀ ਟ੍ਰੇਨਿੰਗ ਜ਼ਿਆਦਾਤਰ ਇਹਨਾਂ ਨੇ ਕੀਤੀ ਹੈ, ਕੋਈ ਬਹੁਤ ਜ਼ਿਆਦਾ ਫੈਸਿਲਿਟੀਜ਼ ਨਹੀਂ ਸੀਗੀ, ਸ਼ੁਰੂ 'ਚ ਸ਼ੂਜ਼ ਵੀ ਨਹੀਂ ਹੁੰਦੇ ਸੀ, ਤਾਂ ਉਹ ਫੈਸਿਲਿਟੀਜ਼ ਦੇ ਬਾਵਜੂਦ ਇੰਨਾ ਅੱਛਾ ਰਿਜ਼ਲਟ ਲੈਣਾ, ਔਰ ਜਿਹੜਾ ਇਹਨਾਂ ਦਾ ਇੱਕ ਪਾਸਟ ਹੈ ਕਿਉਂਕਿ ਪਾਰਟੀਸ਼ਨ 'ਚ ਇਹਨਾਂ ਦੇ ਫਾਦਰ ਮਦਰ ਦੀ ਨੂੰ ਕਤਲ ਕੀਤਾ ਗਿਆ, ਈਵਨ ਇਹਨਾਂ ਦੇ 4 ਭਰਾ ਭੈਣ ਨੂੰ, ਉਹ ਬਾਵਜੂਦ ਔਰ ਇੱਕ ਇੰਨਾ ਇੱਕ ਰਿਫਿਊਜੀ ਕੈਂਪ 'ਚ ਰਹੇ, ਬਹੁਤ ਔਡ ਜੋਬ ਕੀਤੀ, ਔਰ ਉਹ ਸਭ ਸਟਰਗਲ ਤਾਂ ਬਹੁਤ ਜ਼ਿਆਦਾ ਰਹੀ। ਤੁਸੀਂ ਓਲੰਪਿਕਸ ਦੀ ਗੱਲ ਕੀਤੀ, ਇਤਫਾਕ ਦੀ ਗੱਲ ਹੈ ਕਿ ਥੋੜ੍ਹੇ ਦਿਨਾਂ ਤੱਕ ਓਲੰਪਿਕਸ ਹੋਣ ਵਾਲੇ ਨੇ ਟੋਕੀਓ ਦੇ ਵਿੱਚ, ਅਤੇ ਮਿਲਖਾ ਸਿੰਘ ਅਕਸਰ ਇਸ ਗੱਲ ਨੂੰ ਲੈ ਕੇ ਬੜੇ ਦੁਖੀ ਹੁੰਦੇ ਸੀਗੇ ਕਿ ਅੱਜ ਤੱਕ ਵੀ ਭਾਰਤ ਐਥਲੈਟਿਕਸ ਦੇ ਵਿੱਚ ਖਾਸ ਤੌਰ 'ਤੇ ਕਿਤੇ ਖਾਸ ਸਟੈਂਡ ਨਹੀਂ ਕਰਦਾ। ਕਾਫੀ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੁੰਦਾ ਸੀਗਾ ਜਦੋਂ ਵੀ ਉਹਨਾਂ ਨਾਲ ਗੱਲ ਕਰਨੀ। ਮੈਂ ਉਹਨਾਂ ਨੂੰ ਜਿਹੜੀ ਬਹੁਤ ਮੀਟਿੰਗਸ ਹੋਈ, ਲੇਕਿਨ ਮੇਰੀ ਲਾਸਟ ਮੀਟਿੰਗ 8 ਅਪ੍ਰੈਲ ਨੂੰ ਹੋਈ ਸੀਗੀ, ਇੱਕ ਇੱਥੇ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਉਹਨਾਂ ਨੂੰ ਇਨਵਾਈਟ ਕੀਤਾ ਸੀ, ਤਾਂ ਉਹ ਨਹੀਂ ਜਾ ਸਕੇ, ਤਾਂ ਉਹਨਾਂ ਸੀਗਾ ਕਿ ਮੇਰਾ ਮੈਸੇਜ ਰਿਕਾਰਡ ਕਰ ਲਓ, ਤਾਂ ਮੈਂ ਪਹਿਲੇ ਸਕੇਟਿੰਗ ਵੀ ਕਰਦਾ ਰਿਹਾ, ਤਾਂ ਮੈਂ ਐਸੋਸੀਏਸ਼ਨ ਦੇ ਨਾਲ ਆ ਗਿਆ ਸੀ, ਤਾਂ ਉਸ ਟਾਈਮ ਉਹਨਾਂ ਨੇ ਮੈਸੇਜ ਰਿਕਾਰਡ ਕੀਤਾ, ਤਾਂ ਵੈਸੇ ਹੀ ਜਨਰਲ ਗੱਲ ਹੋ ਗਈ ਟੋਕੀਓ ਓਲੰਪਿਕਸ ਦੀ ਗੱਲ ਹੋ ਗਈ, ਤਾਂ ਉਸ ਟਾਈਮ ਵੀ ਉਹਨਾਂ ਨੂੰ ਇਹ ਕਿਹਾ ਕਿ ਯਾਰ ਮੈਨੂੰ ਮਿਲਾ ਲਿਆ ਕਿ ਮੇਰੇ ਹੱਥ ਤੋਂ ਮੈਡਲ ਰਹਿ ਗਿਆ, ਤਾਂ ਮੈਂ ਚਾਹੁੰਦਾ ਕਿ ਬਈ ਹੁਣ ਮੇਰੀ ਜਿਹੜੀ ਏਜ ਹੈ ਬਈ ਕੋਈ ਬਹੁਤ ਜ਼ਿਆਦਾ ਸਾਲ ਤਾਂ ਮੈਂ ਜੀਣਾ ਨਹੀਂ ਹੈ, ਤਾਂ ਮੇਰੇ ਮਰਨ ਤੋਂ ਪਹਿਲੇ ਇੰਡੀਆ ਐਥਲੈਟਿਕਸ ਮੈਡਲ ਲੈ ਕੇ ਆਏ ਕਿ ਜਿਹੜੀ ਚੀਜ਼ ਮੇਰੇ ਤੋਂ ਮਿਸ ਹੋ ਗਈ ਸੀ ਉਹ ਵਾਪਿਸ ਇੰਡੀਆ 'ਚ ਆਏ। ਤਾਂ ਉਸ ਟਾਈਮ ਵੀ ਮੀਨਸ ਤੁਸੀਂ ਦੇਖ ਲਓ ਕਿ ਉਹਨਾਂ ਦਾ ਜਦੋਂ ਵੀ ਕੋਈ ਗੱਲ ਹੁੰਦੀ ਸੀ ਤਾਂ ਉਹਨਾਂ ਦਾ ਜਿਹੜਾ ਆਪਣਾ ਮੈਡਲ ਉਹਨਾਂ ਤੋਂ ਮਿਸ ਹੋਇਆ, ਕਿਉਂਕਿ ਉਹ ਕਹਿੰਦੇ ਸੀ ਕਿ ਪਾਰਟੀਸ਼ਨ ਜਿਹਦੇ ਮੇਰੇ ਮਾਂ ਪਿਓ ਮੇਰੇ ਭਾਈ ਭੈਣ ਦਾ ਜਦੋਂ ਇੱਕ ਕਤਲੇਆਮ 'ਚ ਵੀ ਉੱਥੇ ਡੈਥ ਹੋਈ, ਤਾਂ ਉਹਦੇ ਬਾਅਦ ਉਹ ਇੱਕ ਮੇਰੀ ਜ਼ਿੰਦਗੀ ਦਾ ਬਹੁਤ ਇੱਕ ਦੁਖੀ ਸਮੇਂ ਸੀਗਾ, ਔਰ ਇੱਕ ਸਮੇਂ ਇਹ ਸੀਗਾ ਜਦੋਂ ਮੇਰੇ ਤੋਂ ਮੈਡਲ ਮੇਰੇ ਤੋਂ ਮਿਸ ਹੋਇਆ। ਮੇਰੀ ਮੁਲਾਕਾਤ ਜੇ ਆਪਾਂ ਗੱਲ ਕਰੀਏ ਤਾਂ ਕਈ ਮਹੀਨੇ ਪਹਿਲਾਂ ਹੋਈ ਸੀ ਮਿਲਖਾ ਸਿੰਘ ਉਹਨਾਂ ਨਾਲ, ਇਹ ਜਿਹੜਾ ਲੋਨ ਇੱਥੇ ਅਸੀਂ ਬੈਠੇ ਸੀਗੇ ਮੈਨੂੰ ਯਾਦ ਹੈ, ਬਿਲਕੁਲ ਇਹਦੇ ਗੇਟ ਦੇ ਨਾਲ ਹੀ ਇਹਨਾਂ ਦਾ ਲੋਨ ਹੈਗਾ, ਅਤੇ ਸੌਰਭ ਉਹਨਾਂ ਨਾਲ ਗੱਲ ਚੱਲ ਪਈ ਫਿਟਨੈਸ ਦੀ, ਕਿਉਂਕਿ ਫਿਟਨੈਸ ਪੈਸ਼ਨ ਸੀਗਾ ਮਿਲਖਾ ਸਿੰਘ ਉਹਨਾਂ ਦਾ, ਅਤੇ ਉਹ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਹਾਲੇ ਵੀ ਭੱਜ ਰਹੇ ਹੋ, ਕਹਿੰਦੇ ਹਾਂ ਬਿਲਕੁਲ ਮੈਂ ਹਾਲੇ ਵੀ 4-5 ਮਿੰਟ ਲਗਾਤਾਰ ਭੱਜ ਲੈਂਦਾ, ਅਤੇ ਖਾਣ ਪੀਣ ਦਾ ਜ਼ਰੂਰ ਪਰਹੇਜ਼ ਕਰਦਾ, ਬਟ ਸਾਰਿਆਂ ਨੂੰ ਪੁੱਛਦੇ ਸੀਗੇ ਉਹ ਕਿ ਤੁਸੀਂ ਭੱਜ ਰਹੇ ਹੋ ਕਿ ਨਹੀਂ, ਤੁਸੀਂ ਕੋਈ ਫਿਟਨੈਸ ਬਾਰੇ ਜ਼ਰੂਰ ਆਪਣਾ ਗੌਰ ਕਰਿਆ ਕਰੋ। ਇਸ ਇੰਨੇ ਜ਼ਿਆਦਾ ਫਿਟਨੈਸ ਦਾ ਪੈਸ਼ਨ ਸੀਗਾ ਉਹਨਾਂ ਨੂੰ, ਬਹੁਤ ਉਹਨਾਂ ਦਾ ਸਟ੍ਰਿਕਟ ਰਿਜੀਮ ਸੀਗਾ ਆਪਣੇ ਫਿਟਨੈਸ ਨੂੰ ਲੈ ਕੇ, ਡੇਲੀ ਐਕਸਰਸਾਈਜ਼ ਕਰਦੇ ਸੀ, ਈਵਨ ਥੋੜ੍ਹੇ ਬਹੁਤ ਵੇਟਸ ਵੀ ਲਿਫਟ ਕਰਦੇ ਸੀ, ਉਹਨਾਂ ਦਾ ਵਾਕਿੰਗ ਗੋਲਫ ਥੋੜ੍ਹੀ ਰਨਿੰਗ, ਤਾਂ ਉਹ ਜਿਹਦੇ ਨਾਲ ਵੀ ਗੱਲ ਕਰਦੇ ਸੀ ਔਰ ਖਾਸ ਕਰ ਯੰਗਸਟਰਸ ਨਾਲ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਯਾਰ ਜਦੋਂ ਮੈਂ ਇੰਨੀ ਉਮਰ 'ਚ ਫਿੱਟ ਹੈ ਤਾਂ ਤੁਸੀਂ ਕਿਉਂ ਨਹੀਂ ਫਿੱਟ ਹੋ, ਤੁਸੀਂ ਕਿਉਂ ਨਹੀਂ ਐਕਸਰਸਾਈਜ਼ ਕਰਦੇ ਹੋ, ਬਲਕਿ ਤੁਹਾਨੂੰ ਤਾਂ ਜ਼ਿਆਦਾ ਕਰਨਾ ਚਾਹੀਦਾ, ਕਿ ਤੁਹਾਡਾ ਤਾਂ ਅਗਰ ਜਰਨਲਿਸਟ ਦੀ ਗੱਲ ਕਰਦੇ ਸੀ ਕਹਿੰਦਾ ਤੁਹਾਡਾ ਤਾਂ ਬੜਾ ਨੱਠ ਭੱਜ ਦਾ ਕੰਮ ਹੈ, ਤਾਂ ਤੁਸੀਂ ਕਿਉਂ ਨਹੀਂ ਫਿੱਟ ਰਹਿ ਰਹੇ ਹੋ। ਔਰ ਇੱਕ ਉਹਨਾਂ ਦਾ ਹੁੰਦਾ ਸੀ ਕਿ ਵੀ ਡਾਇਟ ਜਿਹੜੀ ਆ ਉਹ ਇੱਕ ਕੰਟਰੋਲ ਡਾਇਟ ਹੋਣੀ ਚਾਹੀਦੀ ਹੈ, ਕਿ ਹਰ ਆਦਮੀ ਨੂੰ ਇੱਕ ਕੰਟਰੋਲ ਡਾਇਟ ਔਰ ਰੈਗੂਲਰ ਐਕਸਰਸਾਈਜ਼,
ਔਰ ਉਹ ਆਪਣੀ ਵੀ ਲੌਂਗੇਵਿਟੀ ਦਾ ਇਹੀ ਰੀਜ਼ਨ ਦੱਸਦੇ ਹੁੰਦੇ ਸੀ। ਜਦੋਂ ਵੀ ਮਿਲਖਾ ਸਿੰਘ ਇਹਨਾਂ ਨੂੰ ਆਦਮੀ ਵੇਖਦਾ ਸੀ ਨਾ ਤੇ ਆਦਮੀ ਦੇ ਵਿੱਚ ਇੱਕ ਕੁਛ ਕਰਨ ਦੀ ਉਮੰਗ ਪੈਦਾ ਹੁੰਦੀ ਹੈ, ਕਿਉਂਕਿ ਇਹ ਉਹ ਲੋਕ ਆ ਜਿਹੜੇ ਜ਼ਮੀਨ ਤੋਂ ਉੱਠੇ ਜੀ, ਇਹਨਾਂ ਨੂੰ ਪਿੱਛੋਂ ਬੈਕ ਜਿਹੜੀ ਆ ਨਾ ਮਾਂ ਪਿਓ ਦੀ ਕੋਈ ਇਹੋ ਜਿਹੀ ਚੀਜ਼ ਨਹੀਂ ਮਿਲੀ, ਲੇਕਿਨ ਇਹ ਜ਼ਮੀਨ ਤੋਂ ਉੱਠ ਕੇ ਉੱਪਰ ਆਏ, ਦੁਨੀਆਂ ਨੂੰ ਵਿਖਾਇਆ। ਔਰ ਮਿਲਖਾ ਸਿੰਘ ਦਾ ਕਹੀ ਕਿ ਵੈਰੀ ਹੰਬਲ ਮੈਨ, ਉਹ ਕਦੀ ਲੱਗਦਾ ਨਹੀਂ ਕਿ ਇਹ ਆਦਮੀ ਦੁਨੀਆਂ ਦਾ ਏਡਾ ਵੱਡਾ ਆਦਮੀ ਆ। ਔਰ ਮਿਠਾਸ, ਪਿਆਰ, ਔਰ ਮੇਰਾ ਖਿਆਲ ਹੈ ਕਿ ਪੂਰੇ ਦਾ ਪੂਰਾ ਜੋ ਹੈ ਨਾ ਸੈਂਚਰੀ ਚਲੇਗੀ ਉਹਦੇ ਨਾਲ ਸਪੋਰਟ ਵਾਲੇ। ਕਦੇ ਮੁਲਾਕਾਤ ਦਾ ਸਬੱਬ ਬਣਿਆ ਤੁਹਾਡਾ ਉਹਦੇ ਨਾਲ, ਤੇ ਕੀ ਕੀ ਗੱਲਾਂ ਹੁੰਦੀਆਂ ਸੀਗੀਆਂ? ਹਾਂ, ਮੈਨੂੰ ਯਾਦ ਆ ਮੈਂ ਸਕੂਲ ਦੇ ਵਿੱਚ ਹੀ ਸ਼ੁਰੂ ਕਰ ਲਈ ਜਦੋਂ ਸਪੋਰਟਸ, ਤੇ ਮੈਂ ਆਪਣੇ ਪਿੰਡ ਦੇ ਬੱਸ ਅੱਡੇ ਤੇ ਖੜਾ ਤੇ ਮਿਲਖਾ ਸਿੰਘ ਕਿਤੇ ਕਾਰ ਦੇ ਵਿੱਚ ਆ ਰਿਹਾ ਸੀ ਉਧਰੋਂ ਫਿਰੋਜ਼ਪੁਰ ਸਾਈਡ ਤੋਂ, ਤੇ ਇਹਨਾਂ ਨੇ ਕਾਰ ਮੈਨੂੰ ਵੇਖੇ ਤੇ ਕਾਰ ਰੋਕੀ। ਫਸਟ ਟਾਈਮ ਮੈਂ ਉਦੋਂ ਮਿਲਿਆ ਮਿਲਖਾ ਸਿੰਘ ਨੂੰ। ਮੈਂ ਕਿਹਾ ਹੁਣ ਤੁਹਾਨੂੰ ਚਾਹ ਚੂ ਪਿਆਵਾਂ, ਤੇ ਉਹਦੇ ਬਾਅਦ ਨੈਸ਼ਨਲ ਹੀ ਕੈਲਕਟਾ ਚ ਜੀ, ਮਤਲਬ ਇਹੋ ਜਿਹਾ ਹੁੰਦਾ ਸੀ ਕਿ ਜਿੱਥੇ ਮਿਲਖਾ ਸਿੰਘ ਚੱਲਦਾ ਸੀ ਨਾ ਉਹ ਜਿੱਦਾਂ ਹੁੰਦਾ ਨਾ ਲੋਕ ਯਾਰ ਚਲੋ ਦੋ ਮਿੰਟ ਇਸ ਆਦਮੀ ਨੂੰ ਵੇਖੋ, ਰਨਿੰਗ ਕਰਦਿਆਂ ਇਹਨੂੰ ਆਦਮੀ ਨੂੰ ਵੇਖੋ, ਉਹ ਚੀਜ਼ ਹੁੰਦੀ ਕਿ ਦੁਨੀਆਂ ਰੁਕਦੀ ਸੀ ਇਹਦੇ ਨਾਲ ਨਾ ਜਦੋਂ ਵੇਖਦੀ ਸੀ ਦੁਨੀਆਂ। ਉਹਦੇ ਬਾਅਦ ਮਿਲਖਾ ਸਿੰਘ ਦੇ ਬਾਅਦ ਇਹੋ ਜਿਹਾ ਕੋਈ ਅੱਜ ਤੱਕ ਨਹੀਂ ਅਥਲੀਟ ਪੈਦਾ ਹੋਇਆ ਜਿਹੜਾ ਇਹ 400 ਮੀਟਰ 200 ਮੀਟਰ ਦੇ ਵਿੱਚ ਜਿਹਨੇ ਕੋਈ ਇਹੋ ਜਿਹਾ ਦਿਲ ਪੈਦਾ ਕੀਤਾ ਹੋਵੇ, ਔਰ ਉਹਦੇ ਨਾਲ ਹੀ ਮੇਰੇ ਖਿਆਲ ਇਹ ਸਾਰਾ ਖਤਮ ਹੋ ਗਿਆ। ਉਹਦੇ ਬਾਅਦ ਮੈਂ ਮਿਲਖਾ ਸਿੰਘ ਨੂੰ ਜਿਹੜਾ ਜੋ ਉਹਦਾ ਟਾਈਮ ਦੇਖਿਆ ਨਾ ਕੈਲਕਟਾ ਦੇ ਵਿੱਚ ਜੀ, ਮਤਲਬ ਦੁਨੀਆਂ ਵੇਖਣ ਆਉਂਦੀ ਸੀ ਉਦੋਂ ਮਿਲਖਾ ਸਿੰਘ ਉਸ ਆਦਮੀ ਦੀ ਰੇਸ ਨੂੰ ਕਮਾਲ ਸੀ। ਮੈਂ ਹਾਲੇ ਵੀ ਹੁਣੇ ਕਿਉਂਕਿ ਮੇਰੇ ਤੋਂ ਪਹਿਲਾਂ ਇੰਡੀਆ ਦੇ ਵਿੱਚ ਕੋਈ ਮਿਲਖਾ ਸਿੰਘ ਨੇ ਗੋਲਡ ਮੈਡਲ ਲਿਆ ਸੀ ਕਾਮਨਵੈਲਥ ਗੇਮ ਚ ਜੀ, ਮਿਲਖਾ ਸਿੰਘ ਦੇ ਬਾਅਦ ਮੈਂ ਸਿਲਵਰ ਮੈਡਲ ਲਿਆ ਜੀ ਕਾਮਨਵੈਲਥ ਗੇਮ ਦੇ ਵਿੱਚ, ਤੇ ਬਾਅਦ ਦੇ ਵਿੱਚ ਫਿਰ ਇੱਕ ਅੱਧਾ ਦਾ ਮੈਡਲ ਚੱਲਦਾ ਰਿਹਾ ਇਸ ਤਰ੍ਹਾਂ ਜੀ। ਮਿਲਖਾ ਸਿੰਘ ਵਰਗਾ ਆਦਮੀ ਪੈਦਾ ਨਹੀਂ ਹੋ ਸਕਦਾ ਇੰਡੀਆ ਦੇ ਵਿੱਚ, ਨਹੀਂ ਪੈਦਾ ਹੋ ਸਕਦਾ।